ਹਦਰ रहमान ਇਰਾheem ਜੀ ਨਾਜ਼ਰੀਨ ਅੱਜ ਇੱਕ ਹੋਰ ਸਾਡੇ ਨਾਲ ਬਹੁਤ ਹੀ ਖੂਬਸੂਰਤ ਮਹਿਮਾਨ ਅੱਜ ਤੁਹਾਡੇ ਸਾਹਮਣੇ ਨੇ ਅਸੀਂ ਇਹਨਾਂ ਕੋਲੋਂ ਪਹਿਲੇ ਇਹਨਾਂ ਦਾ ਤਾਰਫ਼ ਪੁੱਛਨੇ ਆ ਫਿਰ ਅੱਗੋਂ ਤੁਹਾਨੂੰ ਦੱਸਨੇ ਆ ਕਿ ਜਿਹੜੇ ਕਿ ਸਾਡੇ ਇਸ ਮੁਹਾਸ਼ਰੇ ਦੇ ਖਾਜਾਸਰਾ ਟਰਾਂਸ ਜੈਂਡਰ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਉਹ ਜਿਹੜਾ ਦੁਨੀਆ ਤੇ ਪਹਿਲੇ ਸਟਾਰਟ ਹੁੰਦਾ ਉਹਨਾਂ ਦਾ ਫੇਰ ਅੱਗੇ ਅੱਗੇ ਜਾ ਕੇ ਕਿਸ ਤਰ੍ਹਾਂ ਫਿਲਡ ਜਾਂਨ ਕਰ ਦੇ ਨੇ ਤੇ ਸਭ ਤੋਂ ਪਹਿਲੇ ਅਸੀਂ ਜਿਹੜਾ ਤੁਹਾਡਾ ਅੱਜ ਤਾਰਫ ਕਰਾਨੇ ਆ ਸਾਡੇ ਅੱਜ ਦੇ ਮਹਿਮਾਨ ਨਾਲ ਅਸਲਾਮੁਅਲੈਕਮ ਜੀ ਵਾਲੇਕੁਮ ਸਲਾਮ ਕੀ ਨਾਂ ਹੈ ਜੀ ਤੁਹਾਡਾ ਕਿਰਨ ਜੇ ਕਿਰਨ ਨਾਂ ਹੈ ਸਾਡੇ ਮਹਿਮਾਨਾ ਮਹਿਮਾਨ ਦਾ ਤੇ ਕਿਰਨ ਸਾਬਾ ਤੁਹਾਨੂੰ ਜਿਹੜੀ ਪਹਿਲੀ ਗੱਲ ਅਸੀਂ ਪੁੱਛਾਂਗੇ ਕਿ ਤੁਹਾਨੂੰ ਕਿਦੋਂ ਅਹਿਸਾਸ ਹੋਇਆ ਕਿ ਤੁਹਾਡੇ ਵਿੱਚ ਜਿਹੜਾ ਉਹ ਤੁਸੀਂ ਟਰਾਂਸਜੈਂਡਰ ਅੜਚਤੇ ਜਿਹੜੇ ਸਾਡੇ ਵਰਗੇ ਹੁੰਦੇ ਨੇ ਉਹ ਤਾਂ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਵਈ 10-12 ਸਾਲਾਂ ਤੋਂ ਬਾਅਦ ਜੀ ਜੀ ਠੀਕ ਹੈ ਦਾਦੂ ਭਾਈ ਹਰਕਤਾਂ ਸੋਚ ਅੰਦਾਜ਼ ਜਿਹੜੇ ਹੁੰਦੇ ਨੇ ਸਾਡੇ ਔਰਤਾਂ ਲੈ ਹੁੰਦੇ ਨੇ ਜੀ ਜੀ ਮਰਦਾਂ ਦੀ ਸਾਨੂੰ ਕੋਈ ਐਫਾ ਜੀ ਉਹ ਕਤ ਨਹੀਂ ਆਂਦੀ ਕਿ ਬੰਦਾ ਉਹਦੀ ਮਰਦ ਬਣ ਕੇ ਗੱਲ ਕਰੇ ਉਹ ਸਾਡੇ ਚ ਕੋਈ ਗੱਲ ਹੁੰਦੀ ਬਸ ਇਹ ਸਾਡਾ ਅੰਦਾਜ਼ ਹੁੰਦਾ ਹੈ ਇਹ ਸਾਡਾ ਸ਼ੌਕ ਹੁੰਦਾ ਹੈ ਇਹ ਹੀ ਸਾਡੀ ਜ਼ਿੰਦਗੀ ਹੈ ਤੇ ਜਿਹੜੀਆਂ ਤੁਹਾਡੀਆਂ ਇਹ ਹਰਕਤੋ ਸਕਨਤ ਹੁੰਦੀਆਂ ਨੇ ਬਚਪਨ ਤੋਂ ਹੀ ਲੜਕੀਆਂ ਵਾਲੀਆਂ ਐਦਾ ਤੁਹਾਡੇ ਘਰ ਵਾਲਿਆਂ ਨੂੰ ਵੀ ਪਤਾ ਲੱਗਦਾ ਕੋਈ ਰਿਐਕਸ਼ਨ ਉਹਦੇ ਮੁਤਾਬਕ ਬਸ ਉਹਨਾਂ ਨੂੰ ਪਤਾ ਹੁੰਦਾ ਹੈ ਲੇਕਿਨ ਉਹ ਫਿਰ ਬਸ ਜੋ ਉਹ ਨਾ ਕਰਨਾ ਹੁੰਦਾ ਉਹ ਕਰਦੇ ਨੇ ਜਿ ਨਾਚਰ ਸਮਝਾਉਂਦੇ ਨੇ ਜਦੋਂ ਉਹਨਾਂ ਦੀ ਸਮਝ ਤੋਂ ਬਾਹਰ ਹੋ ਵੀਦਾ ਫਿਰ ਇਹ ਸਾਡੀ ਦੁਨੀਆ ਹੁੰਦੀ ਸੀ ਆਪਣੀ ਦੁਨੀਆ ਚ ਆ ਜਾਣੇ ਤੇ ਇਸ ਦੁਨੀਆ ਵਿੱਚ ਤੁਹਾਨੂੰ ਕੋਈ ਲੈ ਕੇ ਹੁੰਦਾ ਕਿ ਖੁਦ ਦੀ ਤੁਹਾਨੂੰ ਕੋਈ ਰਸਤੇ ਨਿਕਲ ਦੇਣੀ ਜਾਂ ਕਿਸ ਤਰ੍ਹਾਂ ਤੁਹਾਡਾ ਕਿਸਮਤ ਕਨੈਕਸ਼ਨ ਕਿਸ ਤਰ੍ਹਾਂ ਹੁੰਦਾ ਹੈ ਦੇਖੋ ਜੀ ਜਦੋਂ ਹਾਨੂੰ ਇੱਕ ਪਤਾ ਲੱਗ ਜਾਂਦਾ ਕਿ ਅਸੀਂ ਐਸ ਤਰ੍ਹਾਂ ਦੇ ਆ ਠੀਕ ਹੈ ਫਿਰ ਆ ਮੇ ਵਿੜੇ ਮਲੇ ਚ ਲੋਕਾਂ ਦੇ ਘਰਾਂ ਚੋਂ ਜਾਂਚ ਸਭ ਨੂੰ ਪਤਾ ਲਾ ਦਿੰਦੀ ਉਹਨਾਂ ਘਰੋਂ ਆਏ ਨੇ ਫਲਾਣੇ ਆਏ ਨੇ ਕੁਸਰੇ ਆਏ ਨੇ ਫਿਰ ਸਾਨੂੰ ਉਹਦੀ ਖਿੱਚ ਹੋ ਜਾਂਦੀ ਹੈ ਇਹਨਾਂ ਦੀ ਠੀਕ ਹੈ ਤੇ ਉਹ ਹੌਲੀ 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 ਫਿਰ ਅਸੀਂ ਇਹਨਾਂ ਨਾਲ ਕਨੈਕਟ ਕਰ ਲੈਂਦੇ ਆ ਠੀਕ ਹੈ ਠੀਕ ਹੈ ਤੇ ਫਿਰ ਕਨੈਕਟ ਹੁੰਦੇ ਆ ਫਿਰ ਸਾਨੂੰ ਪਤਾ ਹੁੰਦਾ ਕਿ ਸਾਡੀ ਦੁਨੀਆ ਇਹ ਹੀ ਹੈ ਵੱਡਾ ਭਰਾ ਮਾਰੇ ਜਾਂ ਨਿੱਕਾ ਮਾਰੇ ਜਾਂ ਕੋਈ ਅਬੂ ਮਾਰਨ ਜੋ ਵੀ ਕਰਨ ਫਿਰ ਸਾਡਾ ਦਿਲ ਹੌਲੀ ਹੌਲੀ ਉਹਨਾਂ ਤੋਂ ਹਟ ਜਾਂਦਾ ਸਾਡੇ ਵਸੇ ਇਹ ਰਿਸ਼ਤੇ ਬਣ ਜਾਂਦੇ ਨੇ ਇਹ ਪੈਣਾ ਬਣ ਜਾਂਦੇ ਨੇ ਇਹ ਭਰਾ ਬਣ ਜਾਂਦੇ ਨੇ ਇਹ ਮਾਂ ਬਣ ਜਾਂਦੇ ਨੇ ਇਹ ਸਹਲੀਆਂ ਬਣ ਜਾਂਦੀਆਂ ਨੇ ਤੇ ਮਾਂ ਪਿਓ ਤੋਂ ਬਾਅਦ ਤੁਹਾਡੇ ਜਿਹੜੇ ਰਵਾਜ ਨੇ ਕਿ ਸੁਣਿਆ ਕਿ ਤੁਸੀਂ ਜਿਹੜਾ ਤੁਹਾਡਾ ਗੁਰੂ ਹੀ ਹੁੰਦਾ ਹੈ ਉਹੀ ਤੁਹਾਡਾ ਮਾਪਿਓ ਸਾਰਾ ਕੁਝ ਹੋ ਜਾਂਦੇ ਨੇ ਤੇ ਗੁਰੂ ਸਾਹਿਬ ਕੋਲ ਆ ਕੇ ਕਿਸ ਤਰ੍ਹਾਂ ਤੁਸੀਂ ਪਹਿਲੇ ਉਹਨਾਂ ਦੀ ਮਸਲਨ ਕਿ ਕੋਈ ਬੈਤ ਜਿਸ ਤਰ੍ਹਾਂ ਪੀਰਾਂ ਦੀ ਲੋਕੀ ਕਰਦੇ ਨੇ ਉਹ ਕੀ ਪ੍ਰੋਸੈਸ ਹੁੰਦਾ ਤੁਹਾਡਾ ਨਹੀਂ ਨਹੀਂ ਇਹ ਸਭ ਝੂਠ ਹੈ ਮਾਪਿਓ ਤੇ ਮਾਪੇ ਹੁੰਦਾ ਵੇ ਹਾਂਜੀ ਤੇ ਕਦੇ ਸਾਡੇ ਗੁਰੂਆਂ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਪਣੇ ਮਾਪਿਓ ਸਾਨੂੰ ਬਣਾਓ ਅਸੀਂ ਉਹਨਾਂ ਦੀ ਇੱਜ਼ਤ ਕਰਨੇ ਆ ਕਿਉਂ ਸਾਡੇ ਤੋਂ ਪਹਿਲੇ ਅੱਗੇ ਹੁੰਦੇ ਨੇ ਤੇ ਮਾਪਿਓ ਦੀ ਜਗ੍ਹਾ ਤੇ ਮਾਪਿਓ ਲਈ ਹੁੰਦੀ ਉਹ ਦੁਨੀਆ ਦਾ ਕੋਈ ਬੰਦਾ ਨਹੀਂ ਲੈ ਸਕਦਾ ਲੇਕਿਨ ਅਸੀਂ ਉਹਨਾਂ ਦੀ ਇੱਜ਼ਤ ਕਰਨੇ ਆ ਕਿਉਂਕਿ ਉਹ ਸਾਨੂੰ ਆਪਨੇ ਆਪ ਸੰਭਾਲਦੇ ਨੇ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਅੱਛਾ ਬੁਰਾ ਦੱਸ ਦੇ ਨੇ ਇਸ ਗੱਲੇ ਸਿ ਉਹਨਾਂ ਦੀ ਰਿਸਪੈਕਟ ਕਰਨੀ ਹੈ ਇੱਜ਼ਤ ਕਰਨੀ ਹੈ ਤੇ ਕਿਰਨ ਜੀ ਸਾਡਾ ਅਗਲਾ ਸਵਾਲ ਜਿਹੜਾ ਇਹਨੂੰ ਇਸ ਮੁਹਾਸ਼ਰੇ ਦੇ ਰਿਲੇਟਡ ਹੈ ਕਿ ਜਿਹੜਾ ਤੁਸੀਂ ਬਾਹਰ ਅੰਦਰ ਨਿਕਲਦੇ ਹੋ ਤੁਸੀਂ ਵੇਂਦੇ ਹੋਇਆ ਮੁਹਾਸ਼ਰਾ ਇੱਥੇ ਤੁਸੀਂ ਵੀ ਆਦਾ ਇਸਾਓ ਕਿ ਤੁਹਾਨੂੰ ਹੁੰਦਿਆਂ ਜਾਂਦਿਆਂ ਲੋਕ ਛੇੜਦੇ ਨੇ ਵਾਅਦਾ ਕੱਸਦੇ ਨੇ ਵਨ ਸੋਨੀਆਂ ਗੱਲਾਂ ਸੁਣਾਉਂਦੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਬਸ ਬੰਦੇ ਦੀ ਨੇਚਰ ਹੁੰਦੀ ਹੈ ਜਿਸ ਤਰ੍ਹਾਂ ਕੋਈ ਆਵਾਜ਼ ਮਾਰਦਾ ਜਾਂ ਜਨਾਨਾ ਕਹਿੰਦਾ ਖਸਰਾ ਕਹਿੰਦਾ ਇਹ ਜਿਹੜਾ ਕਹਿੰਦਾ ਜੋ ਵੀ ਕਹਿੰਦਾ ਉਹਦੀ ਸੋਚ ਹੁੰਦੀ ਹੈ ਅਸੀਂ ਜੋ ਕੁਝ ਹੈ ਵਾਂ ਸਾਨੂੰ ਪਤਾ ਹੋਵੇ ਅਸੀਂ ਫਿਰ ਵੀ ਉਹਨਾਂ ਲੋਕਾਂ ਨਾਲ ਪਿਆਰ ਕਰਨੇ ਆ ਲੇਕਿਨ ਉਹ ਸਾਡਾ ਨਾਲ ਨਹੀਂ ਕਰਦੇ ਠੀਕ ਹੈ ਇਹ ਬਹੁਤ ਹੀ ਖੂਬਸੂਰਤ ਪੇਗਾਮ ਹੈ ਸਾਡੇ ਵੇਖਣ ਵਾਲਿਆਂ ਵਾਸਤੇ ਕਿ ਐ ਵੀ ਇਨਸਾਨ ਹੀ ਨੇ ਸਾਡੇ ਵਰਗੇ ਹੀ ਲੇਕਿਨ ਅੱਲਾਹ ਤਾਲਾ ਦੀ ਬਣਾਈ ਹੋਈ ਆ ਵੀ مخلوਕ ਹੈ ਮਰਦ ਔਰਤ ਟਰਾਂਸਜੈਂਡਰ ਜਿਹਨੂੰ ਸ਼ੀ ਮੇਲ ਵੀ ਤੁਸੀਂ ਕਹਿ ਲੈਂਦੇ ਹੋ ਨਾ ਖੁਦ ਗਿਆ ਖਾਜਾਸਰਾ ਤੇ ਇਹਨਾਂ ਦੀ ਵੀ ਇੱਜ਼ਤ ਸਾਡੇ ਮੁਆਸ਼ਰੇ ਚ ਹੋਣੀ ਹੀ ਹੋਣੀ ਚਾਹੀਦੀ ਹੈ ਇੱਕ ਬਿਜ਼ਨਸ ਹੈ ਕਾਰੋਬਾਰ ਹੈ ਕਿਉਂਕਿ ਉਹ ਐਸੇ ਫੀਲਡ ਚ ਆ ਜਾਂਦੇ ਨੇ ਫਿਰ ਉਹਨਾਂ ਇਹੋ ਕੋਸ਼ਿਸ਼ ਕਰਨਾ ਤੇ ਜਿਸ ਤਰ੍ਹਾਂ ਸਾਰੇ ਕੰਮ ਕਰਨੇ ਆ ਉਸ ਤਰ੍ਹਾਂ ਉਹਨਾਂ ਨੂੰ ਵੀ ਕਰਨਾ ਚਾਹੀਦਾ ਤੇ ਕਿਰਨ ਜੀ ਤੁਹਾਡੇ ਕੋਲੋਂ ਅਗਲਾ ਸਵਾਲ ਕਰਾਂਗੇ ਕਿ ਤੁਹਾਨੂੰ ਕਿਹੜੀ ਸ਼ਖਸੀਅਤ ਹੈ ਜਿਹੜੀ ਬਹੁਤ ਜ਼ਿਆਦਾ ਪਸੰਦ ਹੈ ਮੈਨੂੰ ਅਸ਼ਰੀਫ ਪਸੰਦ ਹੈ ਉਹਦੀ ਕੀ ਵਜ੍ਹਾ ਬਸ ਜੋਕ ਜੋ ਕਰਕੇ ਨੱਚਾ ਕਰਕੇ ਮੈਨੂੰ ਅੱਛਾ ਆ ਇਹ ਮੀਆਂ ਦਾ ਅਸ਼ਰੀਫ ਦੇ ਫੈਨ ਨੇ ਤੇ ਤੁਹਾਡੇ ਕੋਲੋਂ ਅਗਲਾ ਸਵਾਲ ਜਿਹੜਾ ਹੈ ਉਹ ਈਜ਼ੀਲੀ ਸਵਾਲ ਪੁੱਛਾਂਗੇ ਕਿ ਬਲਾਵਲ ਪੁੱਟਣ ਜਾਂਦੇ ਹਾਂ ਹਾਂ ਬਸ ਹੋਵੇ ਕਿ ਸਾਡਾ ਆਪਣਾ ਹੀ ਦੇ ਤੇ ਅਗਲੀ ਗੱਲ ਅਸੀਂ ਨਹੀਂ ਦੱਸਣਾ ਚਾਹੁੰਦੇ ਭਰਾ ਨੇ ਸਾਡੇ ਅੱਲਾ ਨੇ ਜ਼ਿੰਦਗੀ ਕਰੇ ਆਮੀਨ ਜਿੱਥੇ ਵੀ ਹੈ ਨੇ ਅੱਛੇ ਨੇ ਬਸ ਮੈਂ ਹੋਰ ਕੰਨੀ ਸਮਝਦਾਰ ਹਾਂ ਤੁਸੀਂ ਤੇ ਹਰਸ਼ੀਦ ਜਿਹੜਾ ਉਹ ਵੀ ਸਾਦੀ ਤੋਂ ਬਗੈਰ ਹੀ ਸ਼ਾਦੀ ਤੋਂ ਬਿਨਾਂ ਸਾਡੇ ਅੰਗਰੀ ਹੋ ਜਾਂਦੇ ਜੇ ਸ਼ਾਦੀ ਨਾ ਕਰੇ ਸਾਡੇ ਅੰਗਰੀ ਹੋ ਜਾਂਦੇ ਨੇ ਤੇ مشورہ کوئی مشورہ ہے یہ کیوں ਉਹਨਾਂ ਦੀ ਉਮਰ ਬੀਤ ਗਈ ਹੈ ਤੇ ਅੱਲਾ ਕਰੇ ਤੇ ਹੁਣ ਬਾਹ ਲੈ ਜਾਂ ਜਕਰ ਉਹ ਕਿਧਰੇ ਉਹਨਾਂ ਅੱਲਾ ਉਹਨਾਂ ਦੀ ਖੈਰ ਕਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਕਿਰਨ ਜੀ ਇੱਕ ਬਹੁਤ ਅਹਿਮ ਸਵਾਲ ਜਿਹੜੇ ਸਾਡੇ ਵੇਖਣ ਵਾਲੇ ਵੀ ਅਕਸਰ ਸਾਡੇ ਦਿਲ ਚ ਵੀ ਹੈ ਸਵਾਲ ਹੁੰਦਾ ਅਕਸਰ ਕਿ ਤੁਹਾਨੂੰ ਪਤਾ ਹੈ ਕਿ ਮਸਜਿਦਾਂ ਚ ਲਾਂ ਸੁਣੀਦਾ ਜੀ ਭਾਬ ਬशीर ਮਰ ਗਿਆ ਨਜ਼ੀਰ ਮਰ ਗਿਆ ਜਵੇਦ ਮਰ ਗਿਆ ਕਦੀ ਇਹ ਨਹੀਂ ਸੁਣਿਆ ਕਿ ਕਿਰਨ ਮਰ ਗਈ ਹੈ ਬਬਲੀ ਮਰ ਗਈ ਹੈ ਸ਼ੀਲਾ ਮਰ ਗਈ ਹੈ ਇਹਦੀ ਕੀ ਵਜ੍ਹਾ ਤੁਹਾਡੇ ਇਹ ਕਿਸ ਤਰ੍ਹਾਂ ਜਿਹੜਾ ਨਾ ਰਸੂਮਾਤ ਹੁੰਦੀਆਂ ਨੇ ਅਭੀ ਨਹੀਂ ਰਸੂਮਾਤ ਨਹੀਂ ਹੁੰਦੇ ਇਹ ਗੱਲ ਇਸ ਤਰ੍ਹਾਂ ਹੁੰਦੀ ਹੈ ਦੇਖੋ ਨਾ ਹੁਣ ਮੈਂ ਇੱਥੇ ਬੈਠੀ ਆ ਘਰ ਮੇਰਾ ਗੁਜਰਾਤ ਤੇ ਹਾਂਜੀ ਠੀਕ ਹੈ ਖੁਦਾ ਨਾ ਖਾਸਤਾ ਜਦੋਂ ਮੈਂ ਮਰਨਾ ਵੇ ਇਹਨਾਂ ਮੇਰੇ ਘਰ ਜਾਣ ਫੋਨ ਕਰਨਾ ਇਥੋਂ ਲੈ ਜਾਣਗੇ ਠੀਕ ਹੈ ਠੀਕ ਹੈ ਇੱਥੇ ਜਿਹੜੀਆਂ ਮੇਰੀ ਇੱਜ਼ਤ ਕਰਦੀਆਂ ਨੇ ਮੇਰੀਆਂ ਸਹੇਲੀਆਂ ਸੰਗਤਾਂ ਨੇ ਇਹਨਾਂ ਤੇ ਇੱਥੇ ਖਤਮ ਦਵਾਣਾ ਹੈ ਇੱਥੇ ਜੋ ਕੁਝ ਕਰਨਾ ਲੇਕਿਨ ਜਿੱਥੇ ਵੀ ਮੈਂ ਪਦਾਇਸ਼ ਹੋਣਾ ਵਾ ਮੇਰਾ ਲੈਣ ਤੇ ਉੱਥੇ ਜਾ ਕੇ ਹੋਣਾ ਹੈ ਜੋ ਮੇਰਾ ਨਾਮ ਆਪਿਓ ਰੱਖਿਆ ਹੋਣਾ ਉੱਥੇ ਲਾਣ ਹੋਣਾ ਹੈ ਉਹ ਇੱਥੇ ਤੇ ਨਹੀਂ ਹੋਣਾ ਇਹ ਚੀਜ਼ ਹੁੰਦੀ ਹੈ ਜਿਵੇਂ ਉਹ ਇੱਥੋਂ ਆਏ ਨੇ ਇੱਥੋਂ ਅੱਗੇ ਗਏ ਨੇ ਇਸ ਤਰ੍ਹਾਂ ਸਾਡਾ ਕਿਸੇ ਨੂੰ ਪਤਾ ਨਹੀਂ ਲੱਗਦਾ ਕਿੱਧਰ ਚਲੇ ਗਏ ਜਾਂ ਕਿੱਧਰੋਂ ਆਏ ਤੇ ਇੱਕ ਹੋਰ ਸਵਾਲ ਇੱਥੋਂ ਜਿਹੜਾ ਜਨਮ ਲੈਂਦਾ ਹੀ ਅਕਸਰ ਵੀਡੀਓਜ਼ ਵਗੈਰਾ ਚ ਟੀਵੀਾਂ ਤੇ ਵੇਖਿਆ ਜੀ ਇਹਨਾਂ ਦਾ ਜਨਾਜ਼ਾ ਨਹੀਂ ਹੁੰਦਾ ਇਹਨਾਂ ਨੂੰ ਪਿਛਲੇ ਬੂਏ ਰਾ ਕੱਢ ਦਿੰਦੇ ਨੇ ਐਂਜ ਹੁੰਦਾ ਇਹ ਇਹਦੇ ਬਾਰੇ ਚ ਕੀ ਕਹਿਣਾ ਹੈ ਦੇਖੋ ਜੀ ਮੇਰੀ ਗੱਲ ਸੁਣੋ ਇੱਕ ਮੇਨ ਗੱਲ ਹੈ ਬੱਚਾ ਪੈਦਾ ਹੁੰਦਾ ਉਹਦੇ ਕੰਨ ਚ ਆਜ਼ਾਨ ਦੇ ਦਿੰਦੇ ਨੇ ਆਜ਼ਾਨ ਹੋ ਜਾਏ ਤੋ ਉਹਦਾ ਕੀ ਹੁੰਦਾ ਹੈ ਜਨਾਜ਼ਾ ਜਾਇਜ਼ ਆ ਠੀਕ ਹੈ ਉਹਨੇ ਵੱਡਿਆਂ ਹੋ ਕੇ ڈاکੂ ਬਣਨਾ ਹੈ ਚੋਰ ਬਣਨਾ ਹੈ ਪੁਲਿਸ ਵਾਲਾ ਬਣਨਾ ਹੈ ਜੱਜ ਬਣਨਾ ਹੈ ਵਕੀਲ ਬਣਨਾ ਹੈ ਜਾਂ ਨਪੋਟਰੀ ਬਣਨਾ ਹੈ ਉਹਦੇ ਕੋਈ ਲਿਖਿਆ ਨਹੀਂ ਹੁੰਦਾ ਠੀਕ ਹੈ ਅਸੀਂ ਜਵਾਨ ਹੋ ਕੇ ਅਸੀਂ ਇਸ ਤਰ੍ਹਾਂ ਦੇ ਬਣੇ ਆ ਲੇਕਿਨ ਸਾਡੇ ਕੋਲ ਲਿਖਿਆ ਤਾਂ ਨਹੀਂ ਕਿ ਅਸੀਂ ਪੁਛੀ ਖਸਰਾ ਬਣ ਕੇ ਆ ਜਾਣਾ ਤੇ ਇਹ ਝੂਠ ਹੁੰਦਾ ਹੈ ਫਰਿਆਦ ਹੁੰਦਾ ਹੈ ਕੁਝ ਵੀ ਨਹੀਂ ਹੁੰਦਾ ਠੀਕ ਹੈ ਜੇ ਅਜ਼ਾਨ ਹੋ ਗਈ ਤੇ ਸਮਝੋ ਕੋ ਦਾ ਜਨਾਜ਼ਾ ਜਾਇਜ਼ ਹੁਣ ਤੁਹਾਡੇ ਕੋਲ ਇੱਕ ਪਰਸਨਲ ਜਿਹਾ ਸਵਾਲ ਹੈ ਕਿ ਅਕਸਰ ਖਾਜਾ ਸਰਾਵਾਂ ਨੇ ਵੀ ਆਪਣੇ ਦੋਸਤ ਸੰਗੀ ਸਾਥੀ ਰੱਖੇ ਹੁੰਦੇ ਨੇ ਕਿਆਂ ਨੂੰ ਪਤਾ ਨਹੀਂ ਗਿਰਿਆ ਕਹਿੰਦੇ ਹੋ ਤੁਸੀਂ ਅੱਗੇ ਗਰੋਰੀ ਦੱਸ ਰਹੇ ਹਨ ਚਲੋ ਸਾਡੀ ਜ਼ੁਬਾਨ ਚ ਹਸਬੰਡ ਕਹ ਲਓ ਤੁਹਾਡੀ ਵੀ ਕੋਈ ਮੁਹੱਬਤ ਹੈ ਕਹਿੰਦੀ ਨਹੀਂ ਸਾਡੀ ਕੋਈ ਵੀ ਨਹੀਂ ਹੈ ਬਸ ਇਹ ਕੈਮਰਾ ਲੈਣਾ ਪਿਆਰ ਹੋ ਗਿਆ ਠੀਕ ਹੋ ਤੇ ਅਗਰ ਸਾਡਾ ਕਰ ਲੈ ਤੇ ਫਿਰ ਗੁਜ਼ਾਰਾ ਹੋ ਹੀ ਜਾਏ ਮਾਤੇ ਬਲਾਲ ਭਾਈ ਦੀ ਲਾਟਰੀ ਲੱਗੀ ਜੀ ਇਕਰਨ ਜੀ ਇੱਕ ਹੋਰ ਸਵਾਲ ਅੱਜ ਦਾ ਸਮਝ ਲੋ ਸੈਕਿੰਡ ਲਾਸਟ ਸਵਾਲ ਕਿ ਤੁਹਾਡੇ ਚ ਜਿਹੜੀ ਤੁਹਾਡੀ ਕਮਿਊਨਿਟੀ ਹੈ ਖਾਜਾਸਰਾ ਇਹਦੇ ਵਿੱਚ ਸ਼ਾਦੀ ਵਗੈਰਾ ਦਾ ਵੀ ਕੋਈ ਤਸੱਬਰ ਹੈ ਕਿ ਕੋਈ ਨਹੀਂ ਜੀ ਸ਼ਾਦੀ ਤਾਂ ਨਹੀਂ ਹੋ ਸਕਦੀ ਸਾਡੇ ਨਾਲ ਕਿਉਂ ਜੋ ਔਰਤ ਕਰ ਸਕਦੀ ਉਹ ਅਸੀਂ ਤੇ ਨਹੀਂ ਕਰ ਸਕਦੇ ਨਾ ਠੀਕ ਹੈ ਸਾਡਾ ਨੋਨ ਜਾਣਦੇ ਨੇ ਫੰਕਸ਼ਨਾਂ ਵਾਸਤੇ ਲੈ ਜਾਂਦੇ ਨੇ ਚਾਹੁੰਦੇ ਨੇ ਇੱਜ਼ਤ ਕਰਦੇ ਨੇ ਲੇਕਿਨ ਜਿਹੜੀ ਉਹ ਇੱਜ਼ਤ ਔਰਤ ਨੂੰ ਦੇਣ ਦੇ ਨੂੰ ਸਾਨੂੰ ਨਹੀਂ ਦੇ ਸਕਦੇ ਅਸੀਂ ਜਿੱਥੇ ਹੈ ਵਾਂ ਉੱਥੇ ਹੀ ਸਹੀ ਆ ਇਸ ਰਹੀ ਰਹਿਣਾ ਵੇ ਤੇ ਮਿਹਰਬਾਨੀ ਕਰੋ ਤੇ ਅਸੀ ਇਸੇ ਤਰ੍ਹਾਂ ਹੀ ਹੋਇਆ ਤੇ ਜਿਹੜੇ ਡੇ ਡੇ ਵੱਡੇ ਫੰਕਸ਼ਨ ਤੁਹਾਡੇ ਅਸੀਂ ਵੇਨੇ ਆ YouTube ਤੇ ਅੱਗੇ ਪਿੱਛੇ ਕਿ ਜਿੱਥੇ ਤੁਹਾਡੀ ਕਮਿਊਨਿਟੀ ਕਮ ਅਤ ਕਮ ਕੋ 100 200 500 ਜਿਹੜਾ ਨਾ ਖਾਜਾ ਸਰਾ ਹੁੰਦਾ ਉਹ ਕਾਦੇ ਫੰਕਸ਼ਨ ਹੁੰਦੇ ਨੇ ਤੁਹਾਡੇ ਅਕਸਰ ਹੀ ਵੇਨੇ ਉਹ ਸਾਲਗिरा ਹੁੰਦੀ ਹੈ ਠੀਕ ਹੈ ਗੁਰੂ ਦੀ ਹੋ ਗਈ ਮੇਰੀ ਸਹੇਲੀ ਦੀ ਹੋ ਗਈ ਜਾਂ ਕਿਸੇ ਹੋਰ ਦੀ ਹੋ ਗਈ ਉੱਥੇ ਅਸੀਂ ਇਕੱਠੇ ਹੁੰਨੇ ਆ ਇੱਕ ਦੂਜੇ ਨਾਲ ਮੁਹੱਬਤ ਪਿਆਰ ਹੁੰਦੀ ਹੈ ਸਾਡੀ ਜਿਵੇਂ ਦੁਨੀਆ ਦੇ ਲੈਂਦੇ ਹੁੰਦੇ ਨੇ ਜਿਵੇਂ ਤੁਸੀਂ ਆਪਣੇ ਦੁਨੀਆਦਾਰਾਂ ਚ ਕਹਿੰਦੇ ਹੋ ਨਿਉਂਦਰਾ ਪੰਜੀ ਸਾਡਾ ਵੀ ਇਹ ਸਿਸਟਮ ਹੁੰਦਾ ਹੈ ਸਾਡਾ ਵੀ ਇੱਕ ਦੂਜੇ ਨਾਲ ਲੈਂਦੇ ਹੁੰਦਾ ਵੇ ਇੱਕ ਦੂਜੇ ਨਾਲ ਵਰਤਨ ਹੁੰਦੀ ਹੈ ਇੱਕ ਦੂਜੇ ਨਾਲ ਸਾਡਾ ਸਾਥ ਤਾਪ ਹੁੰਦਾ ਹੈ ਬਸ ਇਸੇ ਤਰ੍ਹਾਂ ਇੱਕ ਦੂਜੇ ਨਾਲ ਦਿਲ ਖੁਸ਼ਾਈ ਕਰੀ ਦੀ ਜਿਵੇਂ ਤੁਸੀਂ ਵਿਆਹਾਂ ਸ਼ਾਦੀਆਂ ਤੇ ਕਰ ਲੈਂਦੇ ਹੋ ਅਸੀਂ ਇੱਕ ਦੂਜੇ ਨਾਲ ਸਾਲਗिरा ਤੇ ਜਾ ਕੇ ਕਰ ਲੈਂਦੇ ਆ ਜੀ ਤੇ কিরਣ ਜੀ ਅੱਜ ਤੁਸੀਂ ਸਾਡਾ ਜਿਹੜਾ ਚੈਨਲ ਏ ਐਸ ਚੈਨਲ ਦੇ ਜ਼ਰੀਏ ਇਹਦੇ ਤਵੱਸਤ ਨਾਲ ਐਸ ਜਿਹੜੀ ਦੁਨੀਆ ਵਹਿੰਦੀ ਪਈ ਇਹਨਾਂ ਨੂੰ ਕੀ ਪੇਗਾਮ ਦੇਣਾ ਚਾਹੀਏ ਬਸ ਪਿਆਰ ਕਰੋ ਖਲਾਕ ਰੱਖੋ ਇੱਕ ਦੂਜੇ ਨਾਲ ਮਿਲ ਜੁਲ ਕੇ ਰਹੋ ਤੇ ਇਸ ਚੈਨਲ ਨੂੰ ਲਾਈਕ ਕਰੋ ਫੋਲੋ ਕਰੋ ਸਭ ਨੂੰ ਪਿਆਰ ਕਰੋ ਜੀ ਦੋਸਤੋ ਸਾਡੇ ਜਿੰਨੇ ਵੀ ਵੇਖਣ ਵਾਲਿਓ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਵੇਖਿਆ ਹੈ ਕਿ ਐ ਵੀ ਸਾਡੇ ਮੁਆਸ਼ਰੇ ਦਾ ਹਿੱਸਾ ਨੇ ਇਨਸਾਨ ਨੇ ਇਹਨਾਂ ਦੀ ਵੀ ਇੱਜ਼ਤ ਪਿਆਰ ਮੁਹੱਬਤ ਸਾਰਾ ਕੁਝ ਜਿਹੜਾ ਸਾਨੂੰ ਬਤੌਰ ਇਨਸਾਨ ਕਰਨਾ ਚਾਹੀਦਾ ਇਹਨਾਂ ਦੀ ਤਜ਼ਹੀਕ ਕਿਸੇ ਸੂਰਤ ਨਹੀਂ ਕਰਨੀ ਚਾਹੀਦੀ ਤੇ ਅੱਜ ਦੇ ਐਸੇ ਪੈਗਾਮ ਨਾਲ ਕਿ ਉਹਨਾਂ ਦੱਸਿਆ ਕਿ ਨਾ ਸਾਡੇ ਚ ਕੋਈ ਐਹੋ ਜੀਆਂ ਰਸੂਮਾਤ ਹੈ ਨਹੀਂ ਕਿ ਪਿੱਛੋਂ ਦੀ ਛੋਟ ਛੜ ਦੇ ਨਹੀਂ ਇੰਜ ਮੁਸਲਮਾਨ ਪੈਦਾ ਹੁੰਦੇ ਨੇ ਤੇ ਉਹਨਾਂ ਦੇ ਜਨਾਜ਼ੇ ਵੀ ਹੁੰਦੇ ਨੇ ਤੇ ਸਾਰਾ ਕੁਝ ਹੁੰਦਾ ਤੇ ਅੱਜ ਐਸੇ ਪੈਗਾਮ ਨਾਲ ਕਿ ਇਨਸਾਨੀਅਤ ਨੂੰ ਫਰੋਗ ਦਿਓ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਤੇ ਸਾਡੀ ਵੀਡੀਓਜ਼ ਨੂੰ ਮੁਕੰਮਲ ਵੇਖੋ ਦੇ ਅੱਜ ਵਾਸਤੇ ਇੰਨਾ ਹੀ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਤੇ ਬਹੁਤ ਕਮਾਲ ਵੀਡੀਓ ਨਾਲ ਪਾਕਿਸਤਾਨ ਜ਼ਿੰਦਾਬਾਦ ਅਸਲਾਮੁਅਲੈਕ